ਮੇਰਾ ਮਾੜੀਏ ਸੋਹਣੀਏ ਦਿਨਾਂ ਨੂੰ ਅਜੇ ਤੇਰੀ ਮਰੀ ਹੈ ਤੂੰ ਡਾਢਾ ਸ਼ੀਰ ਲੱਗਣਿਆ ਹੁੰਦੀ ਸੀ ਤਾਂ ਅੱਗ 'ਤੇ ਬਾਲੀ ਦੇਣੀ ਸੀ ਤੂੰ ਮਾੜੇ ਹੋਏ ਤਾਂ ਅੱਗ ਵੀ ਨਹੀਂ ਬਣੀ ਸੱਚ ਕਿਸੇ ਆਖਿਆ ਚੜੀਆਂ ਨਹੀਂ ਅੱਗ ਨਾ ਬਲੇ ਸਾਡਾ ਕਿੱਥੇ ਛੁਪਣੇ ਹੋ ਪਏ ਮਾੜੇ ਕੋਲ ਛੁਪ ਸਕਣੇ ਹੋ ਛੁਪਣਾ ਨਾ ਪਿਆ ਹਲਾ ਤਾਂ ਕੀ ਕਰਨੇ ਹੋ ਪਏ ਸੀਰ ਲਗਾ ਸੀਰ ਸਰਦੀ ਲੱਗੀ ਹੈ ਠੰਡ ਲੱਗੀ ਹੈ ਸਮਝ ਗਿਆ ਖੋਤਿਆ ਸਮਝ ਗਿਆ ਬਾਬਾ ਜੀ ਸਮਝ ਗਿਆ ਨਾਰਾਜ਼ ਕਿਉਂ ਹੁੰਦੇ ਹੋ ਇਹਦਾ ਤੂੰ ਗੱਲ ਹੀ ਜੀ ਕਰਨਾ ਤੇ ਉਹ ਨਹੀਂ ਨਹੀਂ ਬਾਬਾ ਜੀ ਮੈਂ ਤੇ ਤੁਹਾਡੀਆਂ ਗੱਪਾਂ ਥੋੜਨ ਆਇਆ ਬੇਰ ਸਾਹਿਬ ਗੱਪਾਂ ਗੱਪਾਂ ਨਹੀਂ ਤਾਂ ਮਾੜੇ ਕੋਲ ਪੰਡਾ ਉਹ ਗੱਪਾਂ ਨਹੀਂ ਹੋਏ ਸੱਚੀਆਂ ਸਟੋਰੀਆਂ ਸੱਚੀਆਂ ਕਹਾਣੀਆਂ ਸੱਚੀਆਂ ਨੇ ਸੱਚੀਆਂ ਕਹਾਣੀਆਂ ਤੇ ਪੰਡਾਂ ਦੀ ਪੰਡਾ ਸਾਰੀ ਜ਼ਿੰਦਗੀ ਸੁਣਾਇਆ ਕਿ ਖਤਮ ਨਾ ਵਾਹ 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 ਕੀ ਬਾਤ ਹੈ ਬਾਬਾ ਦੜੱਲਾ ਤੁਰ ਮੈਂ ਨਜੀਬ ਬੇਗ ਸਾਹਿਬ ਵੀ ਆਖਣਾ ਤੂੰ ਬਾਬਾ ਦੜੱਲਾ ਉਹ ਜ਼ਬਾਨ ਸੁਣਨੀ ਆ ਬਾਬਾ ਦੜੱਲਾ ਜੀ ਆਖਣੇ ਆ ਉਹ ਗਲਤੀ ਹੋ ਗਈ ਹੈ ਬਾਬਾ ਜੀ ਬਾਬਾ ਦੜੱਲਾ ਜੀ ਸਾਡਾ ਸੁਣਨ ਲੱਗਿਆ ਜੀ ਤੁਹਾਡੇ ਜ਼ਬਾਨੇ ਜੀ ਹੈ ਉੱਥੇ ਲਾੜੀਆਂ ਵੀ ਨੂਰ ਵਸਣੇ ਵੀ ਆ ਯਾਰਾ ਹੈ ਅੱਜ ਕਿਸੇ ਆ ਕੇ ਸੱਚੀਆਂ ਗੱਲਾਂ ਮੂੰਹ 'ਚ ਕੱਢੀਏ ਨਾ ਤੇ ਚਿਹਰੇ 'ਤੇ ਰੌਣਕ ਚੜੀ ਨਾਲੇ ਮਾੜਾ ਅਸਲ ਮਕਸਦ ਇਹ ਹੈ ਮਾੜੇ ਕੀ ਨਾ ਪਠਵਾਰੀ ਨਹੀਂ ਆਉਣੀ ਪਠਵਾਰੀ ਆਪ ਸੀ ਪੁੱਤਰ ਅਤੇ ਤੁਸਾਂ ਕੋਲ ਇਸ ਵਾਸਤੇ ਅਛਣੇ ਆ ਕਿ ਥੋੜ੍ਹੀ ਥੋੜ੍ਹੀ ਸਿੱਖਦੇ ਰਹੀਏ ਹਾਂ ਖਾਸਾ ਨਾ ਪਠਵਾਰੀ ਮਾਸਟਰ ਵੀ ਰੱਖੀ ਕੇ ਦੇ ਸਾਂ ਮਾਸਟਰ ਸਾਹਿਬ ਰੱਖੀ ਕੇ ਦੇ ਸਾਂ ਮਾਸਟਰ ਪਠਵਾਰੀ ਠੀਕ ਕਰ ਸੀ ਹਲਾ ਉਰੋ ਵਾਕਿਆ ਫਿਰ ਸ਼ੁਰੂ ਕਰੀਏ ਸ਼ੁਰੂ ਕਰੋ ਹਾਂ ਵਾਕਿਆ ਕੀ ਇਸ ਤਰ੍ਹਾਂ ਇੱਕ ਗ੍ਰਾਂ ਵਿੱਚ ਸਦੋਂ ਸੈਨ ਗ੍ਰਾਂ ਤੱਕੀ ਨਹੀਂ ਸਦੋਂ ਚੱਲ ਨਹੀਂ ਤੱਕਿਆ ਕੋਈ ਗੱਲ ਨਹੀਂ ਅੱਜ ਤੋਂ ਇਹ ਕੋਈ 50-55-60 ਸਾਲ ਪਹਿਲੇ ਦੀ ਗੱਲ ਹੈ ਬੜੀ ਪੁਰਾਣੀ ਗੱਲ ਹੈ ਇੱਥੇ ਇੱਕ ਸਾਬਣ ਨਾਂ ਦਾ ਬੰਦਾ ਰਹਿਣਾ ਅੱਛਾ ਉਸਨਾਲ ਵਿਆਹ ਹੋਇਆ ਬੜਾ ਧੁੰਮਾ ਧਾਮਾ ਨਾਲ ਵਾਹ 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 ਜੀ ਕਹਿੰਦਾ ਪਹਿਲਾਂ ਕੋਈ ਵਿਆਹ ਹੁੰਦਾ ਗਾ ਖੁਸ਼ ਹੋਣਾ ਪਿਆ ਕੀ ਹੋ ਗਿਆ ਜੀ ਹੋਇਆ ਸੀ ਨਾ ਬੜਿਆ ਤੁਗਾਂ ਨਾ ਚਾਵਾਂ ਨਾ ਲੋ ਜੀ ਪਹਿਲੇ ਸਾਲ ਉਸਨੇ ਘਰ ਕੁੜੀ ਗਈ ਮੁਬਾਰਕ ਹੋਵੇ ਮੁਬਾਰਕ ਹੋਵੇ ਲੋਕ ਤੇ ਅੱਗੇ ਉਹ ਕਿਹਾ ਕੀਤਾ ਹੋਏ ਤੁਹਾਡੇ ਘਰ ਦੇ ਕੁੜੀ ਹੋਈ ਹੈ ਸਾਬਤ ਤੂੰ ਮੁਬਾਰਕਾਂ ਤੋਂ ਦੇਣ ਬਹੁ ਤੋਂ ਲਾਨਤ ਕੀਤੀ ਮੈਂ ਕਿਹਾ ਕੁੜੀ ਹੋਈ ਹੈ ਮੈਂ ਕਿਹਾ ਕੁੜੀ ਹੋਈ ਤਾਂ ਕਿਆ ਹੋਇਆ ਸਾਡੇ ਨਬੀ ਪਾਕ ਨੇ ਕਿਹਾ ਧੀਆਂ ਅੱਲਾ ਦੀ ਰਹਿਮਤ ਹੋਣੀਆਂ ਸੱਚ ਆਖਣੇ ਸੱਚ ਆਖਿਆ ਲੋਕਾਂ ਵੇਲਾ ਆਈ ਬੇਵਕੂਫ ਆਦਮੀ ਇਸ ਕੀ ਕਿਆ ਸਮਝਿਆ ਅਗਲੇ ਸਾਲ ਫਿਰ ਕੁੜੀ ਹੋਈ ਮੁਬਾਰਕ ਹੋਵੇ ਮੁਬਾਰਕ ਹੋਵੇ ਤੇਰੇ ਲੋਕਾਂ ਕਿਹਾ ਫਿਰ ਕਿਆ ਹੋਇਆ ਹੈਲੋ ਫਿਰ ਕੁੜੀ ਯਾਰਾ ਅੱਲਾ ਨਹੀਂ ਮਰਦੀ ਨਾ ਅੱਲਾ ਜਿਸ ਕੀ ਚਾਹੇ ਪੁੱਤਰ ਦੇ ਜਿਸ ਕੀ ਚਾਹੇ ਧੀਆਂ ਦੇ ਉਸ ਨਹੀਂ ਮਰਦੀ ਆ ਨਾ ਇਹ ਗੱਲ ਤਾਂ ਸਹੀ ਆ ਬਾਣੇ ਹੋ ਕੇ ਲੋ ਜੀ ਤੀਸਰੇ ਸਾਲ ਫਿਰ ਆਸ ਲੱਗੀ ਲੋਕਾਂ ਬੜੀਆਂ ਦੁਆਵਾਂ ਮੰਗੀਆਂ ਵਾਹ ਵਾਹ ਬੜੀਆਂ ਖੁਸ਼ੀਆਂ ਬੜੇ ਢੋਲ ਵੱਜੇ ਕੀ ਬਾਤ ਤੀਸਰੇ ਸਾਲ ਫਿਰ ਧੀ ਹੋਈ ਮੁਬਾਰਕ ਹੋਵੇ ਮੁਬਾਰਕ ਹੋਵੇ ਲੋਕਾਂ ਆਖਿਆ ਲੱਖ ਦੀ ਲਾਨਤ ਹੈ ਤੇਰੇ ਤੇ ਤੂੰ ਮੁਬਾਰਕ ਉਹਨਾਂ ਅੱਗੋਂ ਤੀਸਰੀ ਧੀ ਲੋ ਜੀ ਕਿਆ ਦੱਸਾਂ ਸੱਤਵੀਂ ਧੀ ਦੇ ਘਰ ਹੋਈ ਮੁਬਾਰਕ ਹੋਵੇ ਮੁਬਾਰਕ ਹੋਵੇ ਲੋਕਾਂ ਮੁਬਾਰਕਾਂ ਦੇਣੀਆਂ ਕਿ ਦੁਰਫਿੱਟੇ ਨੂੰ ਕਹਿਣਾ ਬੰਦ ਕਰੀ ਛੋੜਿਆ ਬੰਦਾ ਮਿਲੇ ਕੇ ਸੁਣਾ ਧੀ ਹੋਈ ਆ ਮੈਂ ਕਿਹਾ ਸ਼ੁਕਰ ਅਲਹਮਦੁਲਿਲਾ ਮੈਂ ਸਾਬਰ ਹਾਂ ਬਾਬਾ ਮੈਂ ਸਬਰ ਕਰਨ ਵਾਲਾ ਕੇ ਬਾਣੇ ਹੋ ਪਏ ਹਾਂ ਮੈਂ ਸਬਰ ਕਰਨ ਵਾਲਾ ਤੇ ਇਹੋ ਜਿਹੇ ਵੀ ਬੰਦੇ ਹੋਣੇ ਸਰ ਹਾਂ ਬੜੇ ਬੜੇ ਬੰਦੇ ਇੱਦਾਂ ਦੇ ਬੰਦੇ ਵਾਹ ਮੇਰੇ ਮੌਲਾ ਆਖਣੇ ਭਾਈ ਮਾੜਾ ਨਾਲ ਸਾਬਰ ਅੱਲਾਹ ਤਾਲਾ ਆਖਣੇ ਮੈਂ ਸਬਰ ਕਰਨੇ ਰਹਿੰਦੇ ਨਾਲ ਸਬਰ ਕੀਤਾ ਲੋ ਜੀ ਅੱਲਾਹ ਨੇ ਕਰਨੀ ਐਸੀ ਅੱਲਾਹ ਨੇ ਰਹਿਮਤ ਜੋ ਕੇ ਆਈ ਵਾਹ ਵਾਹ ਜਿਹੜੇ ਲੋਕ ਤਾਨੇ ਦਿੰਦੇ ਸਨ ਨਾ ਉਹਨਾਂ ਦੀ ਜ਼ਬਾਨਾਂ ਬੰਦ ਹੋ ਗਈ ਕਿਆ ਬਾਤ ਕੁਛ ਕਿਸ ਤਰ੍ਹਾਂ ਕਿਸ ਤਰ੍ਹਾਂ ਉਹ ਸਾਲ ਨਹੀਂ ਗੁਜ਼ਰਿਆ ਕਿਆ ਹੋਇਆ ਕਿਆ ਹੋਇਆ ਜੀ ਹੋਇਆ ਕੁਝ ਨਹੀਂ ਉਹਨਾਂ ਕੁੜੀਓ 'ਚ ਇੱਕ ਮੋੜਾ ਬਣੀ ਪਿਆ ਉਹਨੇ ਢਿੱਡ 'ਚ ਦਰਦ ਪਿਆ ਡਾਕਟਰ ਕੋਲ ਖੜਿਆ ਡਾਕਟਰ ਕਿਹਾ ਮੁਬਾਰਕ ਹੋਵੇ ਮੁਬਾਰਕ ਹੋਵੇ ਹੈਂ ਮੈਂ ਕਿਹਾ ਕਿਆ ਜੀ ਉਹ ਤੁਹਾਡੇ ਧੀ ਪੁੱਤਰ ਬਣੀ ਗਈ ਆ ਬਸ ਫਿਰ ਉਹ ਢੋਲ ਵੱਜੇ ਉਹ ਤਮਾਸ਼ੇ ਵੱਜੇ ਉਹ ਫਿਰ ਦੁਨੀਆਂ ਆਈ ਉਹ ਰੋਲੇ ਪੈ ਗਏ ਸਾਬਰ ਨੇ ਘਰ ਬਾਬਾ ਜੀ ਇਸ ਤਰ੍ਹਾਂ ਵੀ ਹੋਈ ਸਕਣਾ ਉਹ ਅੱਲਾ ਦੀ ਮਰਜ਼ੀ ਨਾ ਇੱਕ ਮਾਰੀ ਨਾ ਪੁਰ ਨਾਲ ਕਰਨਾ ਪਿਆ ਹੈ ਅੱਲਾ ਦੀ ਮਰਜ਼ੀ ਅੱਲਾ ਸਬਰ ਕਰਨ ਨਾਲ ਦੱਸਣਾ ਪਿਆ
ਲੋ ਜੀ ਦੁਨੀਆ ਤੱਕਣ ਆਈ, ਗ੍ਰਾਹਾਂ ਦੇ ਗ੍ਰਾਹ, ਅੱਲਾ ਜਨਾਨੀਆਂ ਜਣੇ ਬੱਚੇ, ਉਸ ਵੇਲੇ ਮਾੜੀ ਉਮਰ 5 ਸਾਲ ਦੀ। ਲੋ ਜੀ ਇਹ ਢੋਲ ਵੱਜੇ, ਡੰਡਣਾ ਡਰ ਡੰਡਣਾ ਡਰ ਡੰਡਣਾ ਡਰ ਡੰਡਣਾ ਡਰ ਖੁਸ਼ੀਆਂ ਤੂੰ ਜੀ ਨੱਚਣਾ ਪਿਆ। ਢੋਲ ਇਸ ਤਰ੍ਹਾਂ ਵਜਾਣੇ ਹੋ ਪੇ ਲੱਗਦਾ ਪੱਕੇ ਮਰਾਸੀ ਹੋ। ਉਹ ਰੁੱਸ ਗਏ ਹੋ, ਚਲੋ ਸੁਣਾਓ ਕਿੱਥੇ ਪਹੁੰਚਿਆ ਗਾ। ਢੋਲ ਵੱਜਦੇ ਸਰ। ਹਾਂ ਲਓ ਜੀ ਢੋਲ ਵੱਜੇ, ਗਰਾਵਾਂ ਨੇ ਗਰਾਂ, ਉਹਨਾਂ ਨੇ ਘਰੇ ਦਰਦ ਦੌੜੀ ਪਏ। ਅੱਲਾ ਲਾ 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 ਹਾਂ ਬੰਦੇ ਪੁੱਛੋ ਕਹਿ ਰਹਾ ਉਹਨਾਂ ਕੋਲ ਸਾਬਣ ਦੀ ਕੁੜੀ ਮੁੜਾ ਜ਼ਰੀਨਾ ਜਮੀਲਾ ਬਣੀ ਗਈ ਹੈ। ਹੈਂ ਬੋਲੇ ਗਈ ਦੁਨੀਆ, ਉਸ ਵਕਤ ਮਾੜੀ ਉਮਰ 7 ਸਾਲ ਸੀ। ਕਿਆ ਪੇ ਬਾਣੀ ਹੋ 7 ਸਾਲ? ਉਹ ਪੁੱਤਰ ਇਹ 5-7 ਸਾਲ ਪੁਰਾਣੀ ਗੱਲ ਹੈ। ਹੈਂ ਪੁਰਾਣਾ ਵਾਕਿਆ ਜਿਹੜਾ ਸੁਣਾਇਆ ਬੱਚੇ। ਲਓ ਜੀ ਮੈਂ ਜਾਗਤਾਂ ਕੇ ਇਕੱਠਾ ਕੀਤਾ, ਮੈਂ ਕਿਹਾ ਜੁਲੋ ਜੁਲ ਕੇ ਤੱਕੀਏ ਕਿਹੜੀ ਕੁੜੀ ਹੈ ਜਿਹੜਾ ਮੁੜਾ ਬਣੀ ਗਈ। ਹੈਂ ਅਜੀਬ ਗੱਲ ਸੀ ਸਾਡੇ ਸਾਦੇ ਜ਼ਮਾਨੇ ਸਨ। ਅੱਲਾ ਲਾ ਲਾ ਮੈਂ 6 ਜਾਗਰ ਤਿਆਰ ਹੋਏ, ਨਿਕਲੇ ਬਾਹਰ ਗਰਾਊਂ ਬਾਬਾ, ਅੱਗੇ ਦੇਖਿਆ ਤਾਂ ਬੜੇ ਫਤਿਹ ਦਾ ਖੋਲਤਾ ਖਲਤੇ ਆ। ਕਿਆ ਬਾਤ! ਮੈਂ ਕਿਹਾ ਪੌੜੋ ਸਕੀ ਪੌੜਿਆ, ਮੈਂ ਕਿਹਾ 3 ਜਾਗਰ ਇਸ ਪਰ ਬਹੁ 3 ਜਾਗਰ ਲੈ 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 3 ਨਾਲ ਦੌੜਨੇ ਪਏ, ਜਿਸ ਵੇਲੇ ਥੱਕ ਗਏ ਦੌੜਨੇ ਵਾਲੇ। ਮੈਂ ਕਿਹਾ ਲਓ ਰੁਕੋ, ਉਹ ਤੇਰੇ ਵੈਸੇ ਬੈਠੇ ਅੱਲਾ। ਅਤੇ ਬਾਬਾ ਜੀ ਹਾਂ ਗੱਡੀ ਕੋ ਨਹੀਂ ਸੀ ਉਸ ਤਰ੍ਹਾਂ ਗੋਤੇ 'ਤੇ ਬੈਠੇ ਹੋ। ਉਸ ਵੇਲੇ ਤੁਹਾਡੇ ਪਿਓ ਨੇ ਗੱਡੀਆਂ ਬਣਾਈਆਂ ਸਨ, ਉਸ ਲਈ ਖੋਤੀਆਂ ਇਹ ਖੋਤੇ ਇਹ ਘੋੜੇ ਇਹ ਸਾਡੇ ਬਾਜ਼ਾਰੋਂ ਸਨ, ਸਮਝੇ ਨਾ। ਇਸੇ ਪਰ ਸਵਾਰੀ ਕਰਨੇ ਸਾਂ, ਇਸੇ ਪਰ ਪੱਠੇ ਢਾਉਣੇ ਸਾਂ, ਇਸੇ ਪਰ ਦਾਣੇ ਢਾਉਣੇ ਸਾਂ, ਇੱਥੇ ਪਰ ਸਫ਼ਰ ਕਰਨੇ ਸਾਂ, ਹੋਰ ਦੀ ਹੋਰ ਸੰਡਿਆਂ ਪਰ ਵੀ ਸਫ਼ਰ ਕਰਨੇ ਸਾਂ, ਉਹ ਸੰਡਿਆਂ ਕੀ ਖੂਹ ਜੁਗੜਨੇ ਸਾਂ, ਦਾਂਦਾਂ ਕੀ ਜੁਗੜਨੇ ਸਾਂ, ਮੋਟਰਾਂ ਕੋਈ ਨਹੀਂ ਸੁਣਾਉਣੀਆਂ। ਸਹੀ ਬਾਣੀ ਸਹੀ ਸਹੀ ਬਾਣੀ ਨਰਾਜ਼ ਹੋ ਗਈ ਹੋ? ਨਰਾਜ਼ ਹੋ ਗਈ, ਉਹ ਗਲਤੀ ਹੋ ਗਈ ਹੈ ਬਾਬਾ ਜੀ। ਸੁਣਾਓ ਸੁਣਾਓ ਕਿੱਥੇ ਪਹੁੰਚਿਆ? ਉਹ ਖੋਤੇ 'ਤੇ ਪਹੁੰਚੇ ਸੋ। ਹਾਂ ਖੋਤੇ ਪਹੁੰਚਾ, ਲਓ ਜੀ ਖੁਦਾ ਖੁਦਾ ਕਰਕੇ ਪਹੁੰਚੇ। ਹੈਂ ਅੱਗੇ ਗਿਆ ਤਾਂ ਰਸ਼, ਉੱਠਗੀ ਉੱਠਗੀ ਛਾਲਾਂ ਮਾਰੀ ਮਾਰੀ ਤੱਕਿਆ ਕਿਹੜਾ। ਹੈਂ ਜੀ ਬਾਬੇ ਕੋਲ ਪੁੱਛਿਆ ਮੈਂ, ਉਹ ਬਾਬਾ ਜੀ ਮੈਂ ਕਿਹਾ ਜੀ ਉਹ ਆਖਿਓ ਉਹ ਕੁੜੀ ਕਿੱਥੇ ਹੈ ਜਿਹੜਾ ਮੁੜਾ ਬਣੀ ਹੈ, ਆਹਣਾ ਰਿਸ਼ਤਾ ਦੇਣੀ ਉਸਕੀ। ਮੈਂ ਕਿਹਾ ਉਹ ਕਹਿ ਹੋਏਗੀ ਬਾਬਾ ਦਿਮਾਗ ਖਰਾਬ ਹੋ ਗਈ, ਬੱਚੇ ਨਾਲ ਲਾਖਾਂ ਤੋਂ ਕਰਨਾ ਹੈ। ਹੈਂ ਕਿਤੇ ਪੂਛ ਚਿੱਕੀ ਨਾ ਪਿੱਛੂ ਜ਼ਿਆਦਾ ਕੀਤਾ, ਇੰਝ ਕੀਤਾ ਸੀ ਲੋਕ ਪੂਛ ਤਾਂ ਨਹੀਂ ਜੀ ਨਾ। ਅੱਗੇ ਚੱਲ ਆਦਾ ਹੋਏ ਉਹ ਬੈਠੇ ਅੰਨੇ, ਮੈਂ ਕਿਹਾ ਮੀਂਹ ਮੋਢੇ ਪਰ ਚਾਹ ਬਾਬੇ, ਮੀਂਹ ਮੋਢੇ ਪਰ ਚਾਹਿਆ ਮੈਂ ਤੱਕਿਆ ਸ਼ੁਰੂ ਟਮਾਟਰ ਗੱਲਾਂ ਆਏ ਆਏ ਗੁਲਾਬ ਦਾ ਫੁੱਲ ਕਿਆ ਸੋਹਣਾ ਜੋੜਾ ਪਾਇਆ ਉਸਨੇ, ਲਸ਼ ਲਸ਼ ਪਿਆ ਕਰੇ ਨੂਰ ਹੀ ਨੂਰ। ਮੈਂ ਕੋਈ ਬੜਾ ਨੂਰ ਹੈ, ਹੈਂ ਇਹ ਸਬਰ ਕਰਨੇ ਵਾਲਾ ਨੇ ਅੱਲਾ ਸਬਰ ਕਰਨ ਦੇ ਨਾਲ। ਹਾਂਜੀ ਲੋ ਜੀ ਵਾਪਸ ਆਏ, ਘਬਰਾ ਕੇ ਪੈ ਖੋਤੇ ਨਾ ਕਿਆ ਕਰੀ, ਖੋਤਾ ਖੈਰ ਉੱਥੇ ਜਾਂਦਾ। ਮੈਂ ਕੋਈ ਛੋੜੇ ਸੀ ਮਾੜੇ 2 ਡੰਡੇ ਟੀਟੜੇ ਮਾਰਨਾ ਗਿਆ ਖੋਤਾ ਉੱਧਰ, ਅਸੀਂ ਘਰ ਅੱਬਾ ਪੁੱਛਣਾ ਓਏ ਉਹ ਕੰਨ ਟੁੱਟਿਆ ਉਹ ਤਰ ਨੇ ਟੇਡਾ ਲਿਆ। ਹੈਂ ਓਏ ਉਰਦੂ ਨਹੀਂ ਅਲਫ ਜੀ ਅੱਬਾ ਜੀ, ਅਰੇ ਕਿੱਥੇ ਗਿਆ ਸਾਂ ਸਵੇਰੇ ਨਾ। ਅਤੇ ਉਹਨਾਂ ਦਾ ਪੁੱਛਣਾ ਬਣਨਾ ਸੀ ਨਾ, ਕਿਹਾ ਕਿਹਾ ਸੁਬਾਹ ਦੇ ਗਾਇਬ ਹੋਏ ਉਹ ਤਾਂ ਉਹਨਾਂ ਪੁੱਛਣਾ ਨਹੀਂ, ਉਹ ਤਾਂ ਗੇਰਾ ਹੋਏ ਦੁਨੀਆ ਤੱਕਣ ਵਿੱਚ ਮੈਂ ਨਾ ਜਾਵਾਂ, ਮੈਂ ਇਨਸਾਨ ਨਾ ਤੱਕੋ। ਹਾਂ ਲਓ ਜੀ ਮੇਰਾ ਗਿਆ ਹੋਏ ਪੁੱਤਰ, ਸਮਝੀ ਗਿਆ ਤੂੰ ਪੁੱਤਰ ਸਵੇਰੇ ਤੂੰ ਸਕੂਲ ਹੋ ਸੀ। ਲਓ ਜੀ ਜਾਂਗੇ ਅੱਬਾ ਜੀ ਗੱਲ ਹੀ ਕੋਈ ਨਹੀਂ, ਹੈਂ ਉਸ ਵੇਲੇ ਬੱਸਾਂ 'ਚ ਹੋਣਾ ਕੋਈ ਨਹੀਂ ਸੀ, ਤਖਤੀ ਹੋਣੀ ਸੀ ਅਤੇ ਗਾਚੀ ਹੋਣੀ ਸੀ, ਇੱਕ ਕੈਦਾਂ ਹੋਣਾ ਸੀ, ਕਿਸੇ ਕੋਲ ਹੋਣਾ ਸੀ ਕਿਸੇ ਕੋਲ ਨਹੀਂ ਸੀ ਹੋਣਾ। ਹੈ ਜੀ ਅਸੀਂ ਤਾਂ ਸਿਰਾਂ ਟੁੱਟੇ ਨਾ ਪਹਿਲਾਂ ਦਿਹਾੜਾ ਸੀ ਨਾ। ਲੋਕ ਇੱਥੇ ਗਏ ਹਾਂ ਅੱਗੇ ਜਾਂ ਸਕੂਲ ਪਹੁੰਚੇ ਹਾਂ, ਮਾਸਟਰ ਕੁਰਸੀ ਪਰ ਬੈਠੇ ਆ ਸਾਰੇ ਥੱਲੇ ਟਾਟ ਸਖਤ ਕੇ ਸੀ ਸਰ ਜੀ ਸੀ ਸੀ ਸਖਤ ਸੀ ਲੱਗਣੀ ਸੀ। ਲਓ ਜੀ ਨਾ ਬਸ ਸਾਰੇ ਬਾਬਾ ਬੱਚੇ ਹੋਏ ਲੈ ਗਏ, ਹੁਣ ਸਮਝੋ ਲੰਬੀ ਕਮੀਜ਼ ਸਲਵਾਰ ਕੋਈ ਨਹੀਂ ਟਾਟੇ ਪਰ ਪਾ ਲਿਆ। ਅੱਬਾ ਅੱਬਾ ਗਏ ਮੇਰੀ ਨਾਨੀ ਵੀ ਯਾਦ ਆ ਗਈ, ਹੈਂ ਉਹਨਾਂ ਕਿਹਾ ਓਏ ਖਲੋ ਇੱਕ ਖਲਿਆ 2 ਡੰਡੇ ਮਾਰੇ ਸੀ, ਹੈਂ ਦੂਸਰੇ ਕੀ ਖਲਾਇਆ ਖਲ ਹੋਏ ਦੂਸਰੇ ਕੀ 2 ਡੰਡੇ ਡੰਡੇ ਮੈਂ ਤੱਕੇ 6-7 ਡੰਡੇ ਮੁਖਤਲਿਫ, ਕੋਈ ਮੋਟਾ ਕੋਈ ਪਤਲਾ ਕੋਈ ਛਮਕਾਂ ਵਾਲਾ, ਜਿਸ ਸਾਈਜ਼ ਦਾ ਬੰਦਾ ਉਸ ਸਾਈਜ਼ ਦੇ ਡੰਡੇ ਰੱਖੇ ਸੀ। ਲਓ ਜੀ ਬਾਬਾ ਜੀ ਤੁਸਾਂ ਦੇ ਸਾਈਜ਼ ਦਾ ਵੀ ਡੰਡਾ ਆਇਆ ਸੀ, ਸਮਝ ਸਮਝ ਲੈ ਕੇ ਮੈਂ ਹੀ ਡੰਡਾ ਹੀ ਸਾਂ।
ਮਾੜੇ ਵਾਲੇ ਪਤਲੀ ਵੀ ਛਾਮਕ ਉਸ ਕੋਲ ਮੈਨੂੰ ਕਹਿੰਦਾ ਖਲ ਮੈਂ ਖਲਿਆ ਤਾਂ ਟੀਟਣਾ ਵੱਟੀ ਗਈ ਲੈ 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 ਪੋੜੋ ਚ ਗਈ ਉਹ ਲੈ 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 ਸਾਰਿਆਂ ਤੇਰਾ ਪਾਇਆ ਚੁੱਕਿਆ ਮੀਂਹ ਦਾ ਆਉਂਦਾ ਕੁਛ ਲੋਕ ਕਿਆ ਹੋਇਆ ਕਿਆ ਹੋਇਆ ਬਾਬਾ ਮੀਂਹ ਕੀ ਚਾਰ ਡੰਡੇ ਮਾਰੇ ਬਸ ਉਹ ਦਿਹਾੜਾ ਇਹ ਦਿਹਾੜਾ ਬਸ ਚਾਰ ਡੰਡੇ ਜ਼ਿੰਦਗੀ 'ਚ ਪਹਿਲੀ ਦਫ਼ਾ ਅਤੇ ਆਖਰੀ ਦਫ਼ਾ ਕੱਦ ਸਮਝਿਆ ਫਿਰ ਸਕੂਲ ਨਾ ਗਿਆ ਫਿਰ ਪ੍ਰਵਾਨ ਬਣਿਆ ਫਿਰ ਮੈਂ ਮਾੜਾ ਨਾਂ ਬਾਬਾ ਜੜਲਾ ਪੀ ਗਿਆ 35 ਮਾੜਾ ਵਸਨ ਮੈਂ ਜੀ ਇੱਕ ਵਾਰੀ ਹਾਥੀ ਕਿ ਇੱਕ ਸੁਣ ਮਾਰਿਆ ਹਾਥੀ ਦੀ ਗੱਲ ਕਰਕੇ ਢਾਈ ਪਿਆ ਕੀ ਪੇ ਕਹਿਣੇ ਹੋ ਹਾਥੀ ਢਾਈ ਪਿਆ ਉਹ ਸੰਡੇ ਢਾਈ ਛੁੱਟ ਦੀ ਉਹ ਮੈਂ ਗੇਲੀਆਂ ਬੜੀਆਂ ਬੜੀਆਂ ਚਾਈ ਛੁੱਟ ਦੀ ਬਹੁਤ ਵੱਡਾ ਪਰਿਵਾਰ ਸਾਂ ਇਹ ਜਿਹੜਾ ਬਿਮਾਰੀ ਨੇ ਯਾਰ ਕਮਜ਼ੋਰ ਕਰੀ ਛੋੜਿਆ ਕਿਆ ਖਿਆਲ ਹੁਣ ਭੁੱਖ ਲੱਗੀ ਕਿ ਜੁਲੀ ਨਹੀਂ ਲੱਗਿਆ ਜੁਲੀ ਜੁਲੀ ਆਹੋ ਰਾਜ ਹੋ ਗਿਆ ਮਾੜਾ ਯਾਰ ਅੱਲਾ ਬਤਾ ਠੀਕ ਹੈ ਸਰ ਤੁਹਾਡਾ ਵੀ ਮੇਰਾ ਖਿਆਲ ਮੈਂ ਠੀਕ ਹੋ ਗਿਆ ਹੋਈ ਗਿਆ ਲੋ ਫਿਰ ਪੁੱਤਰ ਜੀ ਆਪਣਾ ਕਿਆ ਨਾਂ ਤੁਹਾਡਾ ਨਦੀਮ ਨਦੀਮ ਬੇਗ ਸਾਹਿਬ ਅੱਲਾ ਤੁਸੀਂ ਕਿਸੇ ਰੱਖੋ ਅਤੇ ਆਉਂਦੇ ਜਾਂਦੇ ਲਿਆ ਕਰੋ ਮਾੜਾ ਕਿਆ ਨਾਂ ਬਾਬਾ ਦੜੱਲਾ ਦੁੱਧਰ ਬਾਬਾ ਦੜੱਲਾ ਜੀ ਬਾਬਾ ਦੜੱਲਾ ਜੀ ਕਹਿੰਦਾ ਸੋਹਣਾ ਲੱਗਿਆ ਚਲੋ ਫਿਰ ਅੱਜ ਚਾਹ ਪੀਂਦੇ ਹਾਂ ਚਲੋ ਤੁਹਾਡੇ ਪੱਲੀ